ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਲਈ ਖੁਸ਼ਖਬਰੀ ਹੈ ਕਿ ਸਮਾਜਿਕ ਸਮਰਸਥਾ ਮੰਚ ਅੰਮ੍ਰਿਤਸਰ ਵੱਲੋਂ ਅਰੋੜਾ ਹਸਪਤਾਲ ਛਾੜਾ ਦੇ ਸਹਿਯੋਗ ਨਾਲ ਹਲਕਾ ਮਜੀਠਾ ਵਿੱਚ ਮਿਤੀ 26/9/2022 ਦਿਨ ਸੋਮਵਾਰ ਨੂੰ 10:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਫ੍ਰੀ ਮੈਡੀਕਲ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਪਹੁੰਚਣਗੇ ਅਤੇ ਫਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤੇ ਇਹਦੇ ਨਾਲ ਨਾਲ ਖੂਨਦਾਨ ਦਾ ਕੈਂਪ ਵੀ ਲਗਾਇਆ ਜਾ ਰਿਹਾ ਹੈ ਖੂਨਦਾਨ ਮਹਾਨ ਹੈ ਤੇ ਆਓ ਇਸ ਕੈਂਪ ਦਾ ਹਿੱਸਾ ਬਣ ਕੇ ਦੁਨੀਆ ਦੇ ਮਹਾਨ ਦਾਨੀਆਂ ਵਿੱਚ ਆਪਣਾ ਨਾਮ ਲਖਾਈਏ ਅਤੇ ਤੁਹਾਡੇ ਵੱਲੋਂ ਦਿੱਤਾ ਗਿਆ ਖੂਨ ਕਿਸੇ ਮਜਬੂਰ ਦੀ ਕਿਸੇ ਗਰੀਬ ਦੀ ਕਿਸੇ ਅਪਾਹਜ ਦੀ ਜ਼ਿੰਦਗੀ ਦਾ ਸਬੱਬ ਬਣਦਾ ਹੈ ਇਸ ਕਰਕੇ ਫਿਰ ਬੇਨਤੀ ਕਰਦੇ ਹਾਂ ਸਾਰੇ ਭੈਣ ਭਰਾਵਾਂ ਨੂੰ ਕਿ 26/9/2022 ਦਿਨ ਸੋਮਵਾਰ ਨੂੰ 10 ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਵਾਂ ਬਾਸ ਸਟੈਂਡ ਮਜੀਠਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਦੇ ਵਿੱਚ ਸਾਰੀਆਂ ਰੋਗਾਂ ਦੇ ਮਾਹਰ ਡਾਕਟਰ ਪਹੁੰਚ ਰਹੇ ਨੇ ਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਅਤੇ ਅਦਲੱਖਾ ਹਸਪਤਾਲ ਤੋਂ ਇੱਕ ਵਿਸ਼ੇਸ਼ ਟੀਮ ਪਹੁੰਚ ਰਹੀ ਹੈ ਜੋ ਜਨਾਨੀਆਂ ਦੇ ਰੋਗਾਂ ਦਾ ਇਲਾਜ ਫ੍ਰੀ ਕਰੇਗੀ ਅਤੇ ਫ੍ਰੀ ਦਵਾਈਆਂ ਦੇਵੇਗੀ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਭੈਣਾ ਭਰਾਵਾਂ ਨੂੰ ਕਿ 26 9 2022 ਦਿਨ ਸੋਮਵਾਰ ਨੂੰ 10:30 ਵਜੇ ਬੱਸ ਸਟੈਂਡ ਮਜੀਠਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੀਏ ਤੇ ਜੇ ਕਿਸੇ ਵੀਰ ਨੂੰ ਜ਼ਰੂਰਤ ਹੋਵੇ ਤੇ ਇਹ ਜ ਸਾਰੇ ਪ੍ਰੋਗਰਾਮ ਦਾ ਜਿਹੜਾ ਸੰਚਾਲਨ ਹੈ ਸਰਦਾ ਵੀਰ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠੇਵਾਲਾ ਕਰ ਰਿਹਾ ਤੇ ਨੰਬਰ ਨੋਟ ਕਰ ਲਓ ਜੀ 988880 03900 ਤੇ ਇੱਕ ਨੰਬਰ ਹੋਰ ਨੋਟ ਕਰ ਲਓ ਜੀ 99152 19194 ਸੋ ਵੀਰੋ ਆਓ ਇਸ ਕੰਪ ਦਾ ਹਿੱਸਾ ਬਣ ਕੇ ਲਾਭ ਉਠਾਈਏ ਅਤੇ ਮੌਕੇ ਤੇ ਸਾਰੀਆਂ ਸਹੂਲਤਾਂ ਪਾਈਏ ਪੰਮਾ ਪ੍ਰਧਾਨ ਅਤੇ ਡਾਕਟਰ ਰਮੇਸ਼ ਛੁਪੜਾ ਦਿਲਾਾਂ ਦੀਆਂ ਗਹਿਰਾਈਆਂ ਤੋਂ ਸਾਰੇ ਭੈਣ ਭਰਾਵਾਂ ਨੂੰ ਖੁੱਲੇ ਸੱਦੇ ਦਿੰਦੇ ਆ ਜੀ ਵਾਹਿਗੁਰੂ